ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਕਰਮਜੀਤ ਅਨਮੋਲ। ਅੱਜ ਮੈਨੂੰ ਕ੍ਰਿਕਟ ਬਾਰੇ ਮੇਰਾ ਖਿਆਲ ਸਵਾਲ ਪੁੱਛ ਰਹੇ ਨੇ ਜਿਹਦੇ ਬਾਰੇ ਮੈਨੂੰ ਜਮਾਂ ਹੀ ਨਹੀਂ ਪਤਾ। ਬਾਕੀ ਦੇਖਦੇ ਹਾਂ ਜੇ ਕੁਛ ਮਤਲਬ ਬੰਦਾ ਇੱਧਰ ਉੱਧਰ ਦੇਖ ਕੇ ਦੇ ਯਾਦ ਰਹਿ ਜਾਂਦੀ ਕੋਈ ਗੱਲ ਦੇਖ ਲੈਂਦੇ। ਹਾਂਜੀ, 2011 ਵਰਲਡ ਕੱਪ ਦੀ ਵਿਨਿੰਗ ਬਾਲ ਕਿੰਨੇ ਖੇਡੀ ਸੀ? ਰੋਹਿਤ ਜਾਂ ਕੀ ਧੋਨੀ। ਸ਼ਿਖਰ ਧਵਨ ਦੀ ਜਗ੍ਹਾ ਅੱਜ ਕੱਲ੍ਹ ਵਰਲਡ ਕੱਪ 'ਚ ਓਪਨ ਕੌਣ ਕਰ ਰਿਹਾ? ਕੋਈ ਰੋਹਿਤ ਮੇਰੇ ਖਿਆਲ ਮੈਂ ਕਿਤੇ ਸੁਣਿਆ ਸੀ, ਦੇਖਿਆ ਤਾਂ ਨਹੀਂ। ਕ੍ਰਿਕਟ ਟਰਮਸ ਵਿੱਚ ਕੋਟ ਐਂਡ ਬੋਲਡ ਕੀ ਹੁੰਦਾ? ਬੋਲਡ ਤਾਂ ਮੇਰੇ ਖਿਆਲ ਜਦੋਂ ਬੰਦਾ ਵਿਕਟਾਂ ਸਿੱਧੀ ਵੱਜਦੀ ਹੈ ਬਾਲ, ਸ਼ਾਇਦ ਉਦੋਂ ਬੋਲਡ ਕਹਿੰਦੇ ਆ। LBW ਦੀ ਫੁੱਲ ਫਾਰਮ ਕੀ ਹੁੰਦੀ ਹੈ? ਇਹ ਲੱਤ ਲੁੱਤ ਤਾਂ ਨਹੀਂ ਵੱਜਦੀ ਜਦੋਂ ਉਦੋਂ ਤਾਂ ਨਹੀਂ ਕਹਿੰਦੇ ਕਿਤੇ। ਕਿਹੜੇ ਪਲੇਅਰ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵਰਲਡ ਕੱਪ ਖੇਡੇ ਨੇ? ਸਚਿਨ ਤੇਂਦੁਲਕਰ ਹੋ ਸਕਦਾ ਕਿਉਂਕਿ ਉਹ ਕਮਾਲ ਦੇ ਖਿਡਾਰੀ ਨੇ। ਇੰਡੀਅਨ ਕ੍ਰਿਕਟ ਟੀਮ ਦਾ ਵਾਈਸ ਕੈਪਟਨ ਕੌਣ ਹੈ? ਇਹ ਨਵਾਂ ਜਿਹਾ ਮੁੰਡਾ ਯਾਰ, ਕੋਈ ਪਤਾ ਨਹੀਂ। ਰੋਹਿਤ ਕਿਉਂ ਆ ਰਿਹਾ ਬਾਰ ਬਾਰ ਨਿਰਮਲ ਬਾਬੇ ਵਾਂਗੂ, ਪਤਾ ਨਹੀਂ ਮੈਨੂੰ, ਸੋਰੀ। ਕਿਹੜੇ ਇੰਡੀਅਨ ਪਲੇਅਰ ਨੂੰ ਚੀਕੂ ਦੇ ਨਾਮ ਤੋਂ ਬੁਲਾਉਂਦੇ ਨੇ? ਚੀਕੂ ਹੈ ਕੌਣ ਹੈ ਚੀਕੂ ਵਰਗਾ ਯਾਰ? ਇੰਨਾ ਮਿੱਠਾ ਤਾਂ ਕੋਈ ਵੀ ਨਹੀਂ ਲੱਗਦਾ। ਮੇਰਾ ਖਿਆਲ ਹੈ ਕੈਪਟਨ ਨੂੰ ਬੁਲਾਉਂਦੇ ਹੋਣਗੇ ਸ਼ਾਇਦ, ਜਿਹੜੇ ਕਿ ਕੋਹਲੀ ਸਾਹਿਬ। ਵਰਲਡ ਕੱਪ 'ਚ ਇੰਡੀਆ ਨੇ ਪਾਕਿਸਤਾਨ ਨੂੰ ਕਿੰਨੀ ਵਾਰ ਹਰਾਇਆ? ਇਹ ਤਾਂ ਮੈਂ ਇੱਕੋ ਇੱਕ ਮੈਚ ਦੇਖਦਾ ਹੁੰਦਾ ਜੇ ਕਦੇ ਸਾਹਮਣੇ ਆ ਜੇ ਪਾਕਿਸਤਾਨ ਅਤੇ ਇੰਡੀਆ ਦਾ। ਮੈਨੂੰ ਲੱਗਦਾ ਕਾਫੀ ਵਾਰ ਹਰਾਇਆ, 7 ਵਾਰੀ ਮੇਰਾ ਖਿਆਲ 7-0 ਨਾਲ ਹੋ ਗਏ ਹੋਣਗੇ ਮੈਚ। ਤੁਹਾਡੀ ਫੇਵਰੇਟ ਟੀਮ ਕੌਣ ਹੈ ਇੰਡੀਆ ਤੋਂ ਇਲਾਵਾ? ਮੈਨੂੰ ਪਤਾ ਹੀ ਨਹੀਂ, ਇੰਡੀਆ ਤੋਂ ਬਿਨਾਂ ਹੋਰ ਕੋਈ ਪਤਾ ਨਹੀਂ ਵੀ ਕਿਹੜੀ ਵਧੀਆ ਖੇਡਦੇ, ਕਿਉਂਕਿ ਮੈਂ ਕਦੇ ਦੇਖਿਆ ਨਹੀਂ ਕ੍ਰਿਕਟ, ਮੈਂ ਝੂਠ ਬੋਲਦਾ। ਤੁਹਾਡੇ ਵਾਸਤੇ ਮੈਨ ਆਫ ਦਾ ਸੀਰੀਜ਼ ਕੌਣ ਹੈ? ਆਪਣਾ ਕਪਤਾਨ। ਅ ਮੈਸੇਜ ਟੂ ਇੰਡੀਅਨ ਟੀਮ ਫੋਰ ਵਰਲਡ ਕੱਪ? ਤੁਸੀਂ ਹਮੇਸ਼ਾ ਸਾਡੇ ਮੁਲਕ ਦਾ ਨਾਂ ਰੌਸ਼ਨ ਕਰਦੇ ਰਹੋ, ਹਰੇਕ ਜਿਹੜਾ ਵੀ ਟੂਰਨਾਮੈਂਟ ਖੇਡੋ ਤੁਸੀਂ ਹਮੇਸ਼ਾ ਜਿੱਤ ਕੇ ਆਓ।